ਅਦਾਬ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੀ ਆਪਣੀ ਭਾਵਨਾ ਸ਼ਰਮਾ ਹਾਜ਼ਰ ਹਾਂ ਇੱਕ ਵਾਰੀ ਫਿਰ ਤੋਂ ਲੈ ਕੇ ਪੰਜਾਬ ਦਾ ਫੇਵਰੇਟ ਸ਼ੋਅ ਫਸਟ ਲੁੱਕ ਅਤੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਅਸੀਂ ਉੱਭਰਦੇ ਕਲਾਕਾਰਾਂ ਨੂੰ ਤੁਹਾਡੇ ਰੂਬਰੂ ਕਰਾਵਾਂਗੇ ਅੱਜ ਦੇ ਜੋ ਸਾਡੇ ਗੈਸਟ ਨੇ ਉਹ ਬਹੁਤ ਹੀ ਸਪੈਸ਼ਲ ਹੈ ਅਤੇ ਨਾਮ ਹੈ ਉਹਨਾਂ ਦਾ ਸਾਈ ਸੁਲਤਾਨ ਅਤੇ ਆਓ ਫਿਰ ਅੱਜ ਫਸਟ ਲੁੱਕ ਦੇ ਵਿੱਚ ਅਸੀਂ ਚੱਲੀਏ ਇੱਕ ਸੂਫੀ ਮਾਹੌਲ ਦੀ ਤਰਫ ਇਹ ਚਾਹੂੰਗਾ ਮੈਂ ਆਪਣੇ ਜਿਹੜੇ ਦਰਸ਼ਕ ਨੇ ਜਾਂ ਜਿਹੜੇ ਮੇਰੇ ਸੋਤੇ ਜਿਹਨੇ ਮੈਨੂੰ ਪਿਆਰ ਕਰਦੇ ਕਿ ਮੇਰੇ ਪਹਿਰਾਵੇ ਤੋਂ ਮੇਰੇ ਨਾਮ ਤੋਂ ਨਾ ਮੈਨੂੰ ਜਾਣਾ ਜਾਵੇ ਅਤੇ ਮੇਰੇ ਗੀਤਾਂ ਤੋਂ ਮੈਨੂੰ ਜਾਣਾ ਜਾਵੇ ਮੈਂ ਤੁਹਾਡਾ ਆਪਣਾ ਸਾਈ ਸੁਲਤਾਨ ਇਸ ਵਾਰ ਫਸਟ ਲੁੱਕ ਵਿੱਚ ਬਣੇਗਾ ਸੂਫੀਆਂ ਦਾ ਮਾਹੌਲ ਸਾਈ ਸੁਲਤਾਨ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਫਸਟ ਲੁੱਕ ਦੇ ਵਿੱਚ ਸ਼ੁਕਰੀਆ ਭਾਵਨਾ ਜੀ ਮੈਂ ਸ਼ੁਕਰਗੁਜ਼ਾਰ ਹਾਂ ਪੀ ਟੀ ਸੀ ਪੰਜਾਬੀ ਦਾ ਪੰਜੀਰੀ ਪ੍ਰੋਡਕਸ਼ਨ ਦਾ ਔਰ ਤੁਹਾਡਾ ਕਿ ਇਹਨਾਂ ਸਾਰਿਆਂ ਦੇ ਜ਼ਰੀਏ ਪੀ ਟੀ ਸੀ ਪੰਜਾਬੀ ਦੇ ਰਾਹੀਂ ਜਿੱਥੇ ਜਿੱਥੇ ਵੀ ਪੰਜਾਬੀ ਬੈਠੇ ਨੇ ਅੱਜ ਉਹਨਾਂ ਨਾਲ ਮਿਲਣ ਦਾ ਉਹਨਾਂ ਨਾਲ ਗੱਲਬਾਤ ਕਰਨ ਦਾ ਉਹਨਾਂ ਨਾਲ ਦਿਲ ਦੀਆਂ ਗੱਲਾਂ ਕਰਨ ਦਾ ਮੌਕਾ ਮਿਲੂਗਾ ਬਿਲਕੁਲ ਅਤੇ ਜਿਵੇਂ ਕਿ ਸਾਰਾ ਪੰਜਾਬ ਹੁਣ ਜਾਣਦਾ ਹੈ ਸਾਰਾ ਪੰਜਾਬ ਤੁਹਾਡਾ ਬਹੁਤ ਵੱਡਾ ਫੈਨ ਹੈ ਤੁਹਾਡੇ ਸੂਫੀ ਗਾਇਕੀ ਦਾ ਅਤੇ ਸੂਫੀ ਗਾਇਕ ਹੋਣਾ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਅਤੇ ਕਿਵੇਂ ਇਹ ਸਾਰਾ ਕੁਛ ਬਰਕਰਾਰ ਰੱਖਦੇ ਹੋ ਸੂਫੀ ਹੋਣਾ ਔਰ ਸੂਫੀ ਗਾਇਕ ਹੋਣਾ ਇਹ ਦੋਨੇ ਅਲੱਗ ਅਲੱਗ ਗੱਲਾਂ ਨੇ ਗਾਇਕ ਹੋ ਸਕਦੇ ਹਾਂ ਪਰ ਸੂਫੀ ਹੋਣਾ ਇੱਕ ਬਹੁਤ ਉੱਪਰਲੀ ਅਵਸਥਾ ਇੱਕ ਉੱਪਰਲੀ ਗੱਲ ਹੈ ਔਰ ਸੂਫੀ ਗਾਇਕੀ ਦਾ ਇਹ ਹੈ ਕਿ ਮੇਰੀ ਥੋੜ੍ਹੀ ਜਿਹੀ ਇੱਕ ਇੱਦਾਂ ਦੀ ਆਪਣੀ ਮਨ ਦੀ ਹੈ ਕਿ ਮੈਂ ਆਪਦੇ ਮਨ ਦੇ ਪਿੱਛੇ ਸ਼ੁਰੂ ਤੋਂ ਲੱਗਿਆ ਹੋਇਆ ਔਰ ਜੋ ਮੈਨੂੰ ਚੰਗਾ ਲੱਗਦਾ ਮੈਂ ਉਹ ਕੀਤਾ ਜੋ ਚੰਗਾ ਲੱਗਿਆ ਮੈਂ ਉਹ ਗਾਇਆ ਔਰ ਜੋ ਚੰਗਾ ਲੱਗਿਆ ਮੈਨੂੰ ਲਿਖਿਆ ਮੈਨੂੰ ਕੁਦਰਤ ਨੇ ਭੱਜ ਦੌੜ ਤੋਂ ਬਚਾ ਕੇ ਰੱਖਿਆ ਹਵਾ ਤੋਂ ਬਚਾ ਕੇ ਰੱਖਿਆ ਅਤੇ ਇਸੇ ਕਰਕੇ ਜਿਹੜੀ ਸੂਫੀ ਗਾਇਕੀ ਹਜੇ ਤੱਕ ਬਰਕਰਾਰ ਹੈ ਔਰ ਸੂਫੀ ਕਲਮ ਬਰਕਰਾਰ ਹੈ ਬਿਲਕੁਲ ਜੀ ਅਤੇ ਜੇ ਗੱਲ ਕਰੀਏ ਤੁਹਾਡੇ ਪਹਿਰਾਵੇ ਦੀ ਤੁਹਾਡੇ ਅੰਦਾਜ਼ ਦੀ ਸਾਰਾ ਕੁਛ ਹੀ ਬਹੁਤ ਡਿਫਰੈਂਟ ਹੈ ਅਤੇ ਬਹੁਤ ਵਧੀਆ ਲੱਗ ਰਿਹਾ ਹੈ ਅਤੇ ਕਿਵੇਂ ਇਹ ਮੇਨਟੇਨ ਕਰਕੇ ਰੱਖਦੇ ਹੋ ਇਹ ਪਹਿਰਾਵਾ ਬੋਲੀ ਔਰ ਜੋ ਨਾਮ ਹੈ ਝੂਠਾ ਵੀ ਹੋ ਸਕਦਾ ਹੈ ਪਰ ਮੈਂ ਇਹ ਗੱਲ ਕਹੂੰਗਾ ਕਿ ਜਦੋਂ ਗਾਣਾ ਲਿਖਿਆ ਜਾਂਦਾ ਉਸ ਵਕਤ ਤੁਸੀਂ ਆਪਣੀ ਇੱਕ ਅੰਦਰਲੀ ਜਿਹੜੀ ਸੱਚੀ ਇੱਕ ਬੱਚੇ ਵਰਗੀ ਆਤਮਾ ਔਰ ਪਰਮਾਤਮਾ ਵਰਗੀ ਆਤਮਾ ਉਹਦੇ ਵਿੱਚ ਬੈਠੇ ਹੁੰਦੇ ਹੋ ਤਾਂ ਮੈਂ ਕਹਿਣਾ ਇਹ ਚਾਹੂੰਗਾ ਮੈਂ ਆਪਣੇ ਜਿਹੜੇ ਦਰਸ਼ਕ ਨੇ ਜਾਂ ਜਿਹੜੇ ਮੇਰੇ ਸਰੋਤੇ ਜਿਹਨੇ ਮੈਨੂੰ ਪਿਆਰ ਕਰਦੇ ਕਿ ਮੇਰੇ ਪਹਿਰਾਵੇ ਤੋਂ ਮੇਰੇ ਨਾਮ ਤੋਂ ਨਾ ਮੈਨੂੰ ਜਾਣਾ ਜਾਵੇ ਅਤੇ ਮੇਰੇ ਗੀਤਾਂ ਤੋਂ ਮੈਨੂੰ ਜਾਣਾ ਜਾਵੇ ਬਿਲਕੁਲ ਉਹਦੇ ਵਿਚਲੀ ਜਿਹੜੀ ਮੇਰੀ ਜਿਹੜੀ ਅੰਦਰਲੀ ਆਤਮਾ ਦੀ ਪਵਿੱਤਰਤਾ ਉਹਨੂੰ ਲੱਭਿਆ ਜਾਵੇ ਅਤੇ ਤੁਹਾਡੀ ਆਵਾਜ਼ ਦੇ ਵਿੱਚ ਇੱਕ ਰੂਹਾਨੀਅਤ ਦਿਖਦੀ ਹੈ ਅਤੇ ਸੂਫੀ ਗਾਇਕੀ ਹੀ ਤੁਸੀਂ ਕਿਉਂ ਚੂਜ਼ ਕੀਤੀ ਕੁਛ ਮੇਰਾ ਬਚਪਨ ਇੱਦਾਂ ਦਾ ਸੀ ਕਿ ਕੁਛ ਮੈਨੂੰ ਆਪਣੇ ਆਪ ਨਾਲ ਹੀ ਰਹਿਣ ਦਾ ਮੌਕਾ ਮਿਲਦਾ ਸੀ ਮਤਲਬ ਕਿ ਚਾਹੋ ਜਿੱਦਾਂ ਵੀ ਸੀ ਅਤੇ ਜੇ ਤੁਸੀਂ ਆਪਣੇ ਆਪ ਨਾਲ ਜੁੜਦੇ ਹੋ ਆਪਣੇ ਆਪ ਨਾਲ ਰਹਿੰਦੇ ਹੋ ਤਾਂ ਤੁਸੀਂ ਕੁਦਰਤ ਨਾਲ ਜੁੜਦੇ ਹੋ ਤੁਸੀਂ ਇੱਕ ਚੰਗੀਆਂ ਜਿਹੜੀਆਂ ਲਹਿਰਾਂ ਨੇ ਉਹਨਾਂ ਨੂੰ ਜੁੜਦੇ ਹੋ ਅਤੇ ਫਿਰ ਜਿਹੜੀ ਸੂਫੀ ਗਾਇਕੀ ਹੈ ਸੂਫੀ ਲਿਖਣਾ ਹੈ ਜਾਂ ਜਿਹੜੀ ਚੰਗੀ ਗਾਇਕੀ ਹੈ ਉਹ ਇਸ ਚੀਜ਼ ਦਾ ਹੀ ਇੱਕ ਹਿੱਸਾ ਹੈ ਮੈਨੂੰ ਲੱਗਦਾ ਕਿ ਉਹ ਉੱਥੋਂ ਹੀ ਆਈ ਹੈ ਅਤੇ ਜਿਵੇਂ ਤੁਸੀਂ ਦੱਸਿਆ ਵੀ ਰੂਹਾਨੀਅਤ ਦੇ ਨਾਲ ਤੁਸੀਂ ਬਹੁਤ ਜ਼ਿਆਦਾ ਜੁੜੇ ਹੋਏ ਹੋ ਅਤੇ ਉਹਦੇ ਨਾਲ ਨਾਲ ਗਾਇਕੀ ਦੇ ਵਿੱਚ ਕਿਵੇਂ ਤੁਹਾਨੂੰ ਪੈਸ਼ਨ ਹੋਇਆ ਗਾਇਕੀ ਨਾਲ ਕਿੱਦਾਂ ਜੁੜੇ ਰਿਆਜ਼ ਜਦੋਂ ਸਾਨੂੰ ਉਸਤਾਦ ਲੋਕ ਰਿਆਜ਼ ਦੱਸਦੇ ਨੇ ਰਿਆਜ਼ ਦਾ ਮਤਲਬ ਕੋਈ ਗਾਣੇ ਦਾ ਅਭਿਆਸ ਨਹੀਂ ਹੁੰਦਾ ਰਿਆਜ਼ ਦਾ ਮਤਲਬ ਹੁੰਦਾ ਕਿ ਪਹਿਲਾਂ ਸਭ ਤੋਂ ਪਹਿਲਾਂ ਤੁਹਾਡੇ ਅੰਦਰ ਠਹਿਰਾ ਹੋਣਾ ਬਹੁਤ ਜ਼ਰੂਰੀ ਹੈ ਕਿਸੇ ਵੀ ਤੁਸੀਂ ਕਿਸੇ ਵੀ ਜਦੋਂ ਤੁਸੀਂ ਕਿਸੇ ਕੋਮਲ ਕਲਾ ਦੇ ਨਾਲ ਜੁੜਦੇ ਹੋ ਜਾਂ ਤੁਸੀਂ ਆਪਣੇ ਆਪ ਨਾਲ ਜੁੜਦੇ ਹੋ ਸਭ ਤੋਂ ਪਹਿਲਾਂ ਤੁਹਾਡੇ ਅੰਦਰ ਠਹਿਰਾ ਹੋਣਾ ਬਹੁਤ ਜ਼ਰੂਰੀ ਹੈ ਔਰ ਫਿਰ ਜਦੋਂ ਤੁਹਾਡੇ ਅੰਦਰ ਠਹਿਰਾ ਤੁਹਾਡੇ ਬਰਕਰਾਰ ਹੋ ਗਿਆ ਅਤੇ ਜਿਹੜੀਆਂ ਬਾਹਰਲੀਆਂ ਜਿੰਨੀਆਂ ਸਾਰੀਆਂ ਚੀਜ਼ਾਂ ਉਹਦੇ ਵਿੱਚ ਠਹਿਰਾ ਆਪਣੇ ਆਪ ਜੁੜਾ ਅਤੇ ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਮਜ਼ਾ ਆ ਰਿਹਾ ਅਤੇ ਕਿਉਂ ਨਾ ਹੁਣ ਇੱਕ ਲਾਈਵ ਸੂਫੀ ਸੌਂਗ ਹੋ ਜਾਏ ਜੀ ਤੁਹਾਡੇ ਵੱਲੋਂ ਮੇਰਾ ਜਿਹੜਾ ਪਹਿਲਾ ਗੀਤ ਜਿਹੜਾ ਚੱਲਿਆ ਸੀਗਾ ਉਹ ਤੀਸਰੀ ਅਤੇ ਪੰਜੀਰੀ ਪ੍ਰੋਡਕਸ਼ਨ ਨੇ ਮਿਲ ਕੇ ਕੀਤਾ ਸੀਗਾ ਔਰ ਮੇਰਾ ਜੋ ਪਹਿਲਾ ਵੀਡੀਓ ਕਲਿੱਪ ਚੱਲਿਆ ਸੀਗਾ ਉਹ ਵੀ ਔਰ ਜਿਹਨੂੰ ਸਾਰੇ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ ਅਤੇ ਮੈਂ ਉਸ ਇੱਕ ਉਹਨਾਂ ਦੋ ਲਾਈਨਾਂ ਦੇ ਨਾਲ ਕਸ ਗਏ ਨੇ ਘਰ ਬਦਲ ਬਦਲ ਕੇ ਪੰਨਿਆਂ ਦੇ ਅਸੀਂ ਫੇਰ ਫੇਰ ਕੇ ਮਣਕਿਆਂ ਦੇ ਦਿਲ ਛਿਲ ਤੇ ਮਾਲਾ ਬੰਨਿਆਂ ਦੇ ਅਸੀਂ ਲੱਖਾਂ ਫੁੱਲਾਂ ਦੀਆਂ ਦੇ ਬਲੀਆਂ ਮੁੜ ਆਏ ਤੈਥੋਂ ਸੁੱਟ ਸੁੱਟ ਕੇ ਅਸੀਂ ਟੱਲੀਆਂ ਦੇ ਸੀਨੇ ਦੇ ਉੱਤੇ ਟੱਕ ਪਾ ਦਿੱਤੇ ਕੁੱਟ ਕੁੱਟ ਕੇ ਤੇਰੇ ਲਈ ਚਿੱਟੇ ਰਹਿਣ ਲਈ ਉਹ ਬੜਾ ਖੂਨੋ ਖੂਨੀ ਹੋਏ ਆ ਇੱਕ ਤੇਰੀ ਝਲਕ ਨੂੰ ਪਾਉਣ ਲਈ ਬੜੇ ਪੁੱਠੇ ਸਿੱਧੇ ਹੋਏ ਆ ਇੱਕ ਤੇਰੀ ਝਲਕ ਨੂੰ ਪਾਉਣ ਲਈ ਬੜੇ ਪੁੱਠੇ
ਸਿੱਧੇ। ਕੀ ਬਾਤ ਹੈ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ। ਤੁਹਾਡੀ ਆਵਾਜ਼ ਤਾਂ ਜੀ ਬਹੁਤ ਹੀ ਜ਼ਿਆਦਾ ਕਮਾਲ ਦੀ ਹੈ। ਅਤੇ ਇਹ ਸੂਫੀ ਮਿਊਜ਼ਿਕ, ਇਹ ਸਾਰਾ ਕੁਛ ਤੁਸੀਂ ਕਿੱਦਾਂ ਸਿੱਖਿਆ? ਕੋਈ ਗੁਰੂ ਸੀਗਾ ਤੁਹਾਡਾ, ਕੋਈ ਆਈਡੀਅਲ ਜਿਹਨੂੰ ਤੁਸੀਂ ਫੋਲੋ ਕੀਤਾ ਹਮੇਸ਼ਾ? ਮੈਂ ਬਚਪਨ ਦੇ ਵਿੱਚ ਛੋਟਾ ਜਿਹਾ ਸੀ ਅਤੇ ਇੱਕ ਡੀਡੀ ਪੰਜਾਬੀ ਦੇ ਉੱਤੇ ਇੱਕ ਇੰਟਰਵਿਊ ਚੱਲ ਰਹੀ ਹੈ ਅਤੇ ਇੰਟਰਵਿਊ ਚੱਲਦੇ ਚੱਲਦੇ ਨਾ ਇੱਕ ਸੂਫੀ ਗਾਇਕ, ਇੱਕ ਸੂਫੀ ਦਰਵੇਸ਼ ਉਸਤਾਦ ਬਰਕਤ ਸਿੱਧੂ ਸਾਹਿਬ, ਉਹਨੇ ਖੇਤ ਦੀ ਪਹੀ ਤੋਂ ਗਾਉਂਦੇ ਤੁਰੇ ਆ ਰਹੇ ਨੇ ਅਤੇ ਉਹ ਗਾ ਰਹੇ ਨੇ, ਵੇ ਕਿਉਂ ਕੀਤੀ ਅਸਾਂ ਨਾਲ ਬੱਸ ਵੇ, ਕੋਈ ਦੋਸ਼ ਅਸਾਂ ਦਾ ਦੱਸ ਵੇ। ਇਹ ਜਿਹੜੀਆਂ ਲਾਈਨਾਂ ਸੀ ਔਰ ਜਿਹੜੀ ਉਹ ਗਾਇਕੀ ਸੀਗੀ ਔਰ ਮੇਰੀ ਉਹ ਅੰਦਰ ਤੱਕ ਘਰ ਕਰ ਗਈ। ਮੈਂ ਮਤਲਬ ਕਿ ਇਹ ਸੀਗਾ ਕਿ ਉਸ ਤੋਂ ਬਾਅਦ ਮਤਲਬ ਕਿ ਸਕੂਲ ਦੀ ਪੜ੍ਹਾਈ ਚੱਲੀ, ਕਾਲਜ ਦੀ ਪੜ੍ਹਾਈ ਚੱਲੀ, ਮਤਲਬ ਕਿ ਇਹ ਹੋਇਆ ਨਹੀਂ, ਮਤਲਬ ਕਿ ਮੈਂ ਵਾਰ ਗਾਇਨ ਕਰਦਾ ਰਿਹਾ, ਠੀਕ ਹੈ, ਸਕੂਲ ਦੇ ਵਿੱਚ ਵਾਰ ਗਾਇਨ ਕਰਦਾ ਰਿਹਾ, ਗਾਉਂਦਾ ਰਿਹਾ। ਅਤੇ ਪਿੰਡੋਂ ਸਾਡੇ ਜਿਹੜੇ ਸਾਡੇ ਰਾਗੀ ਸੀਗੇ ਪਿੰਡ ਤੋਂ, ਸੁਰਿੰਦਰਪਾਲ ਸਿੰਘ, ਅਤੇ ਉਹਨਾਂ ਤੋਂ ਮੈਂ ਫੋਕ ਸਿੱਖਣਾ ਸ਼ੁਰੂ ਕੀਤਾ ਪਹਿਲਾਂ, ਠੀਕ ਹੈ। ਉਸ ਤੋਂ ਬਾਅਦ ਮੈਂ ਕਾਲਜਾਂ ਦੇ ਵਿੱਚ ਜਿਹੜੇ ਸਾਡੇ ਉੱਥੇ ਪ੍ਰੋਫੈਸਰ ਸਾਹਿਬ ਹੁੰਦੇ ਸੀਗੇ ਉਹਨਾਂ ਤੋਂ ਬੈਠ ਕੇ ਸਿੱਖਣਾ ਮਿਊਜ਼ਿਕ ਦਾ। ਪਰ ਜਿਹੜੀ ਅਸਲੀ ਜਿਹੜੀ ਦੌੜ ਸੀ ਮੇਰੀ ਜਦੋਂ ਮੈਂ ਬਰਕਤ ਸਿੱਧੂ ਸਾਹਿਬ ਦੇ ਘਰੇ ਗਿਆ, ਉੱਥੇ ਜਾ ਕੇ ਜਿਹੜੀ ਮੇਰੀ ਫਿਰ ਦੌੜ ਜਿਹੜੀ ਮੁੱਕੀ ਹੈ। ਫਿਰ ਉਹ ਹੁੰਦਾ ਨਾ ਕਿ ਉਹ ਕਹਿੰਦੇ ਗੁਰੂ ਦਾ ਪਰਛਾਵਾਂ ਹੀ ਬਹੁਤ ਵੱਡੀ ਚੀਜ਼ ਹੁੰਦੀ ਹੈ, ਫਿਰ ਉਹ ਆਪਣੇ ਆਪ ਹੀ ਰਾਹ ਸਿੱਧੇ ਹੋਣ ਲੱਗ ਜਾਂਦੇ। ਬਿਲਕੁਲ ਜੀ, ਬਹੁਤ ਵਧੀਆ। ਅਤੇ ਜੇ ਗੱਲ ਕਰੀਏ ਤੁਹਾਡੇ ਫੈਨ ਫੋਲੋਇੰਗ ਦੀ, ਸੋਸ਼ਲ ਮੀਡੀਆ 'ਤੇ ਤੁਹਾਡੀ ਫੈਨ ਫੋਲੋਇੰਗ ਤਾਂ ਬਹੁਤ ਜ਼ਿਆਦਾ ਹੈ, ਅਤੇ ਸ਼ੁਰੂ ਤੋਂ ਲੈ ਕੇ ਜਿਸ ਮੁਕਾਮ ਤੋਂ ਤੁਸੀਂ ਸ਼ੁਰੂ ਕੀਤਾ ਸੀ ਅਤੇ ਜਿੱਥੇ ਹੁਣ ਪਹੁੰਚੇ ਹੋ, ਜੇ ਪਿੱਛੇ ਮੁੜ ਕੇ ਦੇਖਦੇ ਹੋ ਤਾਂ ਕਿਹੋ ਜਿਹਾ ਫੀਲ ਹੁੰਦਾ ਸਾਰੀ ਜਰਨੀ ਦੇਖ ਕੇ? ਜ਼ਿਆਦਾ ਬਦਲਾਵ ਤਾਂ ਨਹੀਂ, ਮਤਲਬ ਕਿ ਜੇ ਦੌੜ ਨੂੰ ਲਾ ਕੇ ਚੱਲੀ ਜ਼ਿਆਦਾ ਬਦਲਾਵ ਨਹੀਂ ਹੈ, ਪਰ ਪਿਆਰ ਨਾਲ ਜਿਹੜੀ ਝੋਲੀ ਭਰੀ ਆ ਉਹ ਸਭ ਤੋਂ ਵੱਡੀ ਗੱਲ ਹੈ। ਬਿਲਕੁਲ ਜੀ, ਬਿਲਕੁਲ, ਬਹੁਤ ਵਧੀਆ। ਉਸ ਤੋਂ ਉੱਪਰ ਕੋਈ ਕੁਦਰਤ ਦਾ ਕੋਈ ਤੋਹਫ਼ਾ ਨਹੀਂ ਹੋ ਸਕਦਾ, ਮਤਲਬ ਕਿ ਜੇ ਤੁਹਾਨੂੰ ਪਿਆਰ ਦੀ ਝੋਲੀ ਭਰੀ ਹੋਈ ਤਾਂ ਇਸ ਤੋਂ ਬਾਅਦ ਦੁਨੀਆ ਦਾ ਕੋਈ ਹੋਰ ਤੋਹਫ਼ਾ ਨਹੀਂ ਹੋ ਸਕਦਾ। ਔਰ ਮੈਂ ਖੁਸ਼ ਨਸੀਬ ਹਾਂ ਕਿ ਮੈਨੂੰ ਜਿੰਨਾ ਮਿਲਿਆ ਮੇਰੇ ਪਿਆਰ ਕਰਨ ਵਾਲਿਆਂ ਵੱਲੋਂ, ਮੇਰੇ ਸਰੋਤਿਆਂ ਵੱਲੋਂ ਜਿੰਨਾ ਮਿਲਿਆ ਮੇਰੇ ਵਾਸਤੇ, ਬਹੁਤ ਬਹੁਤ ਹੈ। ਅਤੇ ਤੁਸੀਂ ਜਿਵੇਂ ਹੁਣੇ ਆਪਣੇ ਗੁਰੂ ਜੀ ਦਾ ਨਾਮ ਲਿੱਤਾ ਬਰਕਤ ਸਿੱਧੂ ਜੀ, ਜੋ ਕਿ ਬਹੁਤ ਹੀ ਵਧੀਆ ਦਰਵੇਸ਼ ਗਾਇਕ ਸੀ, ਅਤੇ ਕਿਉਂ ਨਾ ਹੁਣ ਉਹਨਾਂ ਦੇ ਗਾਣੇ ਦੀ ਦੋ ਕਲਾਈਨਾਂ ਹੋ ਜਾਣ? ਜੀ ਬਿਲਕੁਲ। ਮੈਂ ਵੀ ਚੋਕ ਰਾਂਝਣ ਦੇ ਜਾਣਾ, ਮੈਂ ਵੀ ਚੋਕ ਰਾਂਝਣ ਦੇ ਜਾਣਾ, ਨਾਲ ਮੇਰੇ ਕੋਈ ਚੱਲੇ, ਪੈਰੀਂ ਪੈਂਦੀ ਮਿੰਨਤਾਂ ਕਰਦੀ, ਪੈਰੀਂ ਪੈਂਦੀ ਮਿੰਨਤਾਂ ਕਰਦੀ, ਜਾਣਾ ਪਿਆ ਅੱਜ ਕੱਲੇ, ਰੰਜਣ ਦੇ ਜਾ। ਵਾਹ ਜੀ ਵਾਹ, ਕਮਾਲ ਕਰਤਾ ਜੀ। ਦੇਖੋ ਜੀ, ਹੁਣ ਤਾਂ ਬਣ ਗਿਆ ਪੂਰਾ ਸੂਫੀ ਮਾਹੌਲ, ਤੇ ਤੁਸੀਂ ਕਿਤੇ ਨਹੀਂ ਜਾਣਾ, ਅਸੀਂ ਹੁਣੇ ਗਏ ਤੇ ਹੁਣੇ ਆਏ। ਮਿਲਦੇ ਹਾਂ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ, ਤੇ ਅੱਜ ਸੂਫੀ ਅੰਦਾਜ਼ ਦੇ ਨਾਲ ਸਾਡੇ ਸਾਰਿਆਂ ਨਾਲ ਗੱਲਾਂ ਬਾਤਾਂ ਕਰਨ ਆਏ ਨੇ ਸਾਡੇ ਨਾਲ ਸੂਫੀ ਸੁਲਤਾਨ ਜੀ। ਤੇ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਤੁਸੀਂ ਗਾਣੇ ਦੇ ਨਾਲ ਗਾਇਕੀ ਦੇ ਨਾਲ ਨਾਲ ਲਿਖਣ ਦਾ ਵੀ ਸ਼ੌਂਕ ਰੱਖਦੇ ਹੋ, ਹੈ ਨਾ, ਤੇ ਇਹ ਸਾਰਾ ਕੁਝ ਦੋਨੋਂ ਚੀਜ਼ਾਂ ਨਾਲ ਨਾਲ ਕਿਵੇਂ ਸ਼ੁਰੂਆਤ ਕੀਤੀ? ਗਾਇਕੀ ਬਚਪਨ ਦੇ ਵਿੱਚ ਸ਼ੁਰੂ ਹੋ ਚੁੱਕਿਆ ਸੀ, ਲਿਖਣਾ ਇਹ ਮੇਰੇ ਵਾਸਤੇ ਵੀ ਅਚੰਭਾ ਹੈ ਕਿ ਮੈਂ ਕਿਵੇਂ ਲਿਖਣਾ ਸ਼ੁਰੂ ਕੀਤਾ, ਮੈਨੂੰ ਖੁਦ ਨੂੰ ਨਹੀਂ ਪਤਾ। ਬਸ ਇਹ ਹੋਇਆ ਕਿ ਮਜ਼ਾਕ ਦੇ ਵਿੱਚ ਯਾਰਾਂ ਦੋਸਤਾਂ ਦੇ ਵਿੱਚ ਗਾਉਂਦੇ ਗਾਉਂਦੇ ਕਿ ਮੈਂ ਵੀ ਕਿਸੇ ਦੀਆਂ ਲਾਈਨਾਂ ਸੁਣਾਤੀ ਕਿ ਮੇਰੀਆਂ, ਅਤੇ ਉਹਨਾਂ ਨੇ ਬੜੀ ਤਾਰੀਫ ਕੀਤੀ, ਉਹ ਸ਼ਾਇਦ ਉਹਨਾਂ ਨੇ ਨਹੀਂ ਸੁਣੀਆਂ ਸੀ, ਪਰ ਅੰਦਰਲੇ ਮਨ ਨੇ ਕਿਹਾ ਕਿ ਨਹੀਂ ਯਾਰ ਇਹ ਤੂੰ ਝੂਠ ਬੋਲ ਰਿਹਾ। ਤੇ ਕਦੀ ਇੱਦਾਂ ਹੋਇਆ ਹੋਵੇ ਵੀ ਤੁਹਾਡੀ ਖੁਦ ਦੀ ਲਿਖੀ ਹੋਈ ਲਾਈਨਾਂ ਤੁਸੀਂ ਕਿਸੇ ਦੂਸਰੇ ਸਿੰਗਰ ਨੂੰ ਦਿੱਤੀਆਂ ਹੋਣ ਜਾਂ ਕਿਸੇ ਹੋਰ ਨੇ ਤੁਹਾਡੀ ਲਾਈਨਾਂ ਗਾਇਆ ਹੋਣ ਜਾਂ ਕੁਛ ਇੱਦਾਂ ਦਾ? ਇਹ ਹੁਣ ਅੱਗੇ ਕਾਫੀ ਹੋ ਰਿਹਾ ਕਿ ਦੋ ਤਿੰਨ ਫਿਲਮਾਂ ਦੇ ਵਿੱਚ ਗਾਣੇ ਆ ਰਹੇ ਨੇ, ਤੇ ਦੋ ਫਿਲਮਾਂ ਦੇ ਟਾਈਟਲ ਸੌਂਗ ਮੈਂ ਗਾਏ ਨੇ, ਇੱਕ ਦਾ ਟਾਈਟਲ ਸੌਂਗ ਲਿਖਿਆ, ਇੱਕ ਦੂਸਰਾ ਇੱਕ ਸੁਖਮਿੰਦਰ ਧੰਜਲ ਸਾਹਿਬ ਫਿਲਮ ਕਰ ਰਹੇ ਨੇ, ਉਹਨਾਂ ਦਾ ਗਾਣਾ ਇੱਕ ਉਹਨਾਂ ਨੂੰ ਦਿੱਤਾ ਗਾਣਾ, ਉਹ ਵੀ ਮੈਨੂੰ ਬਹੁਤ ਖੁਦ ਨੂੰ ਵਧੀਆ ਲੱਗਿਆ ਸੀਗਾ ਗਾਣਾ ਉਹ ਦਿੱਤਾ ਉਹਨਾਂ ਨੂੰ, ਅਤੇ ਅੱਗੇ ਆ ਰਹੇ ਨੇ, ਅੱਗੇ ਸਿੰਗਰ ਗਾ ਰਹੇ ਨੇ, ਕਾਫੀ ਗਾ ਰਹੇ ਨੇ। ਅਤੇ ਅੱਗੇ ਹੋਰ ਕਿਹੜੇ ਕਿਹੜੇ ਪ੍ਰੋਜੈਕਟਸ ਤੁਸੀਂ ਆਪਣੇ ਪਲਾਨ ਕੀਤੇ ਹੋਏ ਆਡੀਅੰਸ ਦੇ ਲਈ, ਤੁਹਾਡੇ ਫੈਨਸ ਦੇ ਲਈ, ਨਵੇਂ ਕੀ ਪ੍ਰੋਜੈਕਟਸ ਲੈ ਕੇ ਆ ਰਹੇ ਹੋ? ਆਡੀਅੰਸ ਦੇ ਲਈ ਇਹ ਹੈ ਕਿ ਥੋੜ੍ਹਾ ਜਿਹਾ ਇਹ ਜਿਹੜਾ ਸਾਰਾ ਕੰਮ ਆ ਉਹ ਸਾਡੀ ਜਿਹੜੀ ਕੰਪਨੀ ਹੈ ਪੰਜੀਰੀ ਪ੍ਰੋਡਕਸ਼ਨ, ਰਜੇਸ਼ ਬਾਬਾ ਭਾਅ ਜੀ, ਸੰਜੀਵ ਭਨੋਟ ਭਾਅ ਜੀ, ਇਹ ਕੰਮ ਉਹਨਾਂ ਦੇ ਨੇ। ਮੇਰਾ ਕੰਮ ਇੱਥੇ ਤੱਕ ਹੁੰਦਾ ਕਿ ਮੈਂ ਗਾਣਾ ਗਾਇਆ, ਲਿਖਿਆ, ਗਾਇਆ, ਬਸ
ਉਸ ਤੋਂ ਬਾਅਦ ਉਹਨਾਂ ਅੱਗੇ ਕੀ ਕਰਨਾ ਸਾਰਾ ਕੁਝ ਹੋ ਕੇ ਕਰਨਗੇ, ਕਿਉਂਕਿ ਫਿਰ ਮੈਂ ਜੇ ਇੰਨੀਆਂ ਜੇ ਮੈਂ ਹੀ ਸਾਰਾ ਕੁਝ ਸਿਰਫ ਚੱਕੀ ਫਿਰਾਂ ਤੇ ਫਿਰ ਉਹਨਾਂ ਕੰਪਨੀ ਨੂੰ ਜੁੜਨ ਦੀ ਕੀ ਲੋੜ ਹੈ। ਇੱਕ ਤੁਹਾਡਾ ਗਾਇਆ ਹੋਇਆ ਗਾਣਾ ਦੇ ਵੀਡੀਓ ਜਿਹਦੀ ਬਹੁਤ ਜ਼ਿਆਦਾ ਵਾਇਰਲ ਹੋਈ ਸੀਗੀ, ਜਿਹਦਾ ਨਾਮ ਸੀਗਾ ਸੈਕਟਰ 17, ਹੈ ਨਾ, ਤੇ ਉਹਦੇ ਬਾਰੇ ਕੀ ਵਿਚਾਰ ਤੁਸੀਂ ਸਾਂਝੇ ਕਰਨੇ ਚਾਹੋਗੇ? ਉਹ ਵੀਡੀਓ ਮੈਂ ਸੈਕਟਰ 17 ਦੇ, ਉਹ ਥੋੜ੍ਹਾ ਜਿਹਾ ਕੁਛ ਮੇਰਾ ਟਾਈਮ ਹੀ ਇਦਾਂ ਦਾ ਸੀਗਾ ਕਿ ਮੈਂ ਜ਼ਿੰਦਗੀ ਦਾ ਲੁਤਫ ਲੈਣ ਵਾਸਤੇ ਨਿਕਲਿਆ ਹੋਇਆ ਸੀ, ਕਿ ਜਿੱਥੇ ਰਾਤ ਪੈਣੀ ਉੱਥੇ ਸੌਣਾ ਅਤੇ ਲੋਕਾਂ ਨੂੰ ਗਾਣੇ ਸੁਣਾਉਣੇ, ਕਿਉਂਕਿ ਮੈਨੂੰ ਲੱਗ ਰਿਹਾ ਸੀ ਕਿ ਮੇਰਾ ਕੰਮ ਗਾਉਣਾ ਅਤੇ ਮੈਂ ਗਾ ਕਿਉਂ ਨਹੀਂ ਰਿਹਾ, ਅਤੇ ਮੈਂ ਗਾਉਣ ਵਾਸਤੇ ਨਿਕਲਿਆ। ਉਹ ਸੈਕਟਰ 17 ਦੇ ਵਿੱਚ ਮੈਂ ਗਾ ਰਿਹਾ ਸੀ ਅਤੇ ਕੋਈ ਮਿੱਤਰ ਪਿਆਰੇ ਨੇ ਉੱਥੇ ਵੀਡੀਓ ਬਣਾਈ ਅਤੇ ਵੀਡੀਓ ਬਣਾਈ, ਅਤੇ ਉਹ ਹੌਲੀ ਹੌਲੀ ਇੱਦਾਂ ਪਤਾ ਲੱਗਿਆ ਕਿ ਮੈਂ ਜਦੋਂ ਕਿਤੇ ਹੋਰ ਕਿਤੇ ਗਾਉਣ ਜਾਣਾ, ਉਹਨੂੰ ਅਗਲੇ ਨੇ ਕਹਿਦੇ ਕਰਨਾ, ਫੜ ਲਿਆ ਕਰਨਾ ਵੀ ਯਾਰ ਇਹ ਤਾਂ ਉਹੀ ਬੰਦਾ ਜਿਹੜਾ ਜਿਹਦੀ ਵੀਡੀਓ ਦੇਖੀ ਹੋਈ ਹੈ ਫਿਰ ਗਾਣੇ ਸੁਣਿਆ ਕਰਨੇ। ਅਤੇ ਫਿਰ ਉਹ ਜਿਹੜੀ ਵੀਡੀਓ ਸੀਗੀ ਜਿਹੜੀ, ਉਹਨੇ ਮੈਨੂੰ ਮਤਲਬ ਕਿ ਬਹੁਤ ਜ਼ਿਆਦਾ ਪਿਆਰ ਦਿਵਾਇਆ, ਫਿਰ ਮੈਨੂੰ ਇਹ ਲੱਗਣ ਲੱਗਿਆ ਕਿ ਲੋਕ ਮੈਨੂੰ ਪਹਿਲਾਂ ਹੀ ਜਾਣਦੇ ਨੇ ਜਿੱਥੇ ਮੈਂ ਜਾਂਦਾ, ਸੋ ਭਲਾ ਹੋਵੇ ਉਹਨਾਂ ਦਾ, ਫੇਸਬੁੱਕ ਵਾਲਿਆਂ ਦਾ ਜਿਹਨਾਂ ਨੇ ਉਹ ਵੀਡੀਓ ਪਾਈ, ਤੇ ਭਲਾ ਹੋਵੇ ਸਾਰੇ ਲੋਕਾਂ ਦਾ ਜਿਨ੍ਹਾਂ ਨੇ ਉਹਨੂੰ ਵੀਡੀਓ ਨੂੰ ਬਹੁਤ ਬਹੁਤ ਪਿਆਰ ਦਿੱਤਾ। ਬਿਲਕੁਲ ਜੀ, ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਰਾਹੀਂ, ਹੈ ਨਾ, ਤੁਸੀਂ ਆਪਣੇ ਫੈਨਸ ਨਾਲ ਕਨੈਕਟ ਕਰ ਸਕਦੇ ਹੋ ਆਪਣੇ ਆਪ ਨੂੰ। ਤੇ ਹੁਣ ਗੱਲ ਕਰਦੇ ਹਾਂ ਤੁਹਾਡੇ ਇੱਕ ਗੀਤ ਦੇ ਬਾਰੇ ਜਿਹਦਾ ਨਾਮ ਸੀਗਾ ਘਰੇ ਨਹੀਂ ਮਿਲਦਾ, ਹੈ ਨਾ, ਤੇ ਇਸ ਸੌਂਗ ਦੇ ਬਾਰੇ ਤੁਸੀਂ ਕਿਵੇਂ ਪਲੈਨਿੰਗ ਕੀਤੀ, ਕਿਵੇਂ ਸਾਰਾ ਕੁਝ ਸੋਚਿਆ ਇਸ ਸੌਂਗ ਨੂੰ ਗਾਉਣ ਦੇ ਲਈ? ਇੱਕ ਤਾਂ ਭਾਵਨਾ ਜੀ, ਜਿਹੜੀ ਇਹ ਮਨ ਨਾਲ ਜੁੜੀਆਂ ਹੋਈਆਂ ਗੱਲਾਂ ਨੇ, ਚਾਹੇ ਉਹ ਚਿੱਤਰਕਾਰੀ ਹੈ, ਚਾਹੇ ਗਾਇਕੀ ਹੈ, ਚਾਹੇ ਕੁਛ ਸਾਜ਼ ਵਜਾਉਣਾ, ਇਹ ਪਲੈਨਿੰਗ ਨਾਲ ਨਹੀਂ ਚੱਲਦੀਆਂ। ਪਹਿਲੀ ਗੱਲ ਇਹ, ਇਹ ਤੁਹਾਡੇ ਅੰਦਰੋਂ ਮਨ ਦੇ ਵਿੱਚ ਕੁਛ ਨਾ ਕੁਛ ਛੇੜਛਾੜ ਹੁੰਦੀ ਹੈ, ਉਹ ਕਾਫੀ ਚਿਰ ਤੁਹਾਨੂੰ ਪਰੇਸ਼ਾਨ ਕਰਦੀ ਹੈ ਜਿੰਨਾ ਚਿਰ ਉਹਦੇ ਬਾਹਰ ਲਫ਼ਜ਼ ਨਹੀਂ ਬਣਦੇ, ਔਰ ਫਿਰ ਜਦੋਂ ਉਸ ਤੋਂ ਬਾਅਦ ਲਫ਼ਜ਼ ਬਣਦੇ ਨੇ, ਫਿਰ ਉਹ ਇੱਕ ਪਤਾ ਨਹੀਂ ਕੀ ਰੂਪ ਹੋਊ ਉਹਨਾਂ ਚੀਜ਼ਾਂ ਦਾ, ਫਿਰ ਉਸ ਤੋਂ ਬਾਅਦ ਪਤਾ ਲੱਗਦਾ। ਅਤੇ ਇਸੇ ਤਰ੍ਹਾਂ ਜਿਵੇਂ ਦੂਸਰੇ ਗਾਣੇ ਲਿਖੇ ਗਏ, ਦੂਸਰੇ ਗਾਣੇ ਗਾਏ ਗਏ, ਉਹੀ ਸਾਰਿਆਂ ਦਾ ਜਿਹੜਾ ਢੰਗ ਤਰੀਕਾ ਸੀ ਉਹ ਇਸ ਚੀਜ਼ ਦੇ ਉੱਤੇ ਘਰੇ ਨਹੀਂ ਮਿਲਦਾ 'ਤੇ ਲਾਗੂ ਹੋਇਆ। ਕਿ ਇਸ ਤੋਂ ਪਹਿਲਾਂ ਮੇਰਾ ਗੀਤ ਸੀ ਜੋਗੀ, ਕਿ ਤੁਰਿਆ ਤੁਰਿਆ ਜਾਂਦਾ ਜੋਗੀ ਸੁਣ ਫਰਿਆਦ ਵੇ, ਦੇ ਜਾ ਕੋਈ ਤਵੀਤ ਸੋਹਣਾ ਕਰੇ ਮੈਨੂੰ ਯਾਦ ਵੇ। ਉਹਦੇ 'ਚ ਇੱਕ ਲਾਈਨ ਸੀ ਕਿ ਕਦੇ ਲੱਗੇ ਮੈਂ ਇਕੱਲੀ ਨਹੀਂ ਹਾਂ, ਮੇਰੇ ਵਰਗੇ ਸਾਰੇ ਬਿਨ ਸਰਨਾਮੇ ਚਿੱਠੀਆਂ ਪਾ ਕੇ ਦਿਲ ਨੂੰ ਦੇਣ ਸਹਾਰੇ, ਉਸ ਮੁੱਲਾ ਦਾ ਕੌਣ ਨਹੀਂ ਆਉਂਦਾ ਕਿਸ ਨੂੰ ਵਾਜਾਂ ਮਾਰੇ। ਅਤੇ ਇੱਥੋਂ ਹੀ ਉਹ ਜਿਹੜਾ ਘਰੇ ਨਹੀਂ ਮਿਲਦੀ ਉਹਦਾ ਨਿਕਲਿਆ ਸੀ ਗੱਲ, ਘਰੇ ਨਹੀਂ ਮਿਲਦਾ। ਬਿਲਕੁਲ ਜੀ, ਤੁਹਾਡਾ ਅੱਜ ਪੈਸ਼ਨ, ਜਿਹੜਾ ਤੁਹਾਡਾ ਪੈਸ਼ਨ ਸੀਗਾ ਸਿੰਗਿੰਗ ਨੂੰ ਲੈ ਕੇ, ਇੱਕ ਮਨ ਦੇ ਵਿੱਚ ਚਾਹ ਸੀਗੀ, ਹੈ ਨਾ, ਉਹ ਅੱਜ ਸਾਰਿਆਂ ਤੱਕ ਪਹੁੰਚੀ ਤੇ ਰਿਜ਼ਲਟ ਸਾਹਮਣੇ ਨੇ, ਤੇ ਕਿਉਂ ਨਾ ਹੁਣ ਇਹ ਗਾਣੇ ਦੀ ਵੀ ਇੱਕ ਝਲਕ ਹੋ ਜਾਏ ਜੀ। ਹੋ ਕੇ ਮੈਂ ਇੱਥੇ ਆ ਤੇ ਤੂੰ ਵੀ ਇੱਥੇ ਹੈ, ਮੈਂ ਹੋਰਾਂ ਤੂੰ ਕੋਈ ਹੋਰ ਤੇ ਨਹੀਂ, ਲੁਕ ਲੁਕ ਬੈਨੇ ਇੱਕ ਗੱਲ ਤੇ ਦੱਸ, ਮੇਰਾ ਰੱਬ ਏ ਤੂੰ ਕੋਈ ਚੋਰ ਤੇ ਨਹੀਂ। ਬੋਲ ਕੀ ਨੇ ਕਿ ਤੇਰੇ ਬੂਹੇ ਅੱਗੇ ਯਾਰ ਵੇ ਤੂੰ ਘਰੇ ਨਹੀਂ ਮਿਲਦਾ, ਬਹਿ ਕੇ ਆ ਗਿਆ ਸੌ ਸੌ ਵਾਰ ਵੇ ਤੂੰ ਘਰੇ ਨਹੀਂ ਮਿਲਦਾ, ਕਿ ਉਸੇ ਪਤੇ ਟਿਕਾਣੇ ਪਹੁੰਚੇ ਜੋ ਦੱਸਿਆ ਸੀ ਦੁਨੀਆ ਨੇ, ਉਹ ਤੇਰਾ ਸੁੰਨਾ ਵੇੜਾ ਸੁੰਨਾ ਵਰਾਂਡਾ ਤਖਤੇ ਮੋਹਰੀਆਂ ਸੁਨੀਆਂ ਨੇ, ਤੇ ਅੰਦਰੋਂ ਕੋਈ ਜਵਾਬ ਨਾ ਆਇਆ, ਬਾਹਰੋਂ ਮੁੜ ਗਿਆ ਟੱਲੀਆਂ ਮਾਰ ਵੇ ਤੂੰ ਘਰੇ ਨਹੀਂ ਮਿਲਦਾ, ਤੇਰੇ ਬੂਹੇ ਅੱਗੇ ਯਾਰ ਵੇ ਤੂੰ ਘਰੇ ਨਹੀਂ ਮਿਲਦਾ, ਬਹਿ ਕੇ ਆ ਗਏ ਸੌ ਸੌ ਵਾਰ ਵੇ ਤੂੰ ਘਰੇ ਨਹੀਂ ਮਿਲਦਾ। ਵਾਹ ਵਾਹ ਜੀ, ਸੂਫੀ ਗਾਇਕੀ ਦੀ ਮਹਿਫਿਲ ਇਸੇ ਤਰ੍ਹਾਂ ਬਰਕਰਾਰ ਰਹੇਗੀ, ਮਿਲਦੇ ਹਾਂ ਅੱਜ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਹਾਂ ਤੁਹਾਡੀ ਆਪਣੀ ਭਾਵਨਾ ਸ਼ਰਮਾ ਤੇ ਤੁਸੀਂ ਦੇਖ ਰਹੇ ਹੋ ਆਪਣਾ ਫੇਵਰੇਟ ਸ਼ੋਅ ਫਸਟ ਲੁੱਕ, ਤੇ ਅੱਜ ਸਾਡੇ ਨਾਲ ਬਹੁਤ ਹੀ ਖਾਸ ਮਹਿਮਾਨ ਜੁੜੇ ਹੋਏ ਆ ਜਿਨ੍ਹਾਂ ਦਾ ਨਾਮ ਹੈ ਸਾਈ ਸੁਲਤਾਨ ਜੀ। ਅਤੇ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਵੀ ਤੁਸੀਂ ਹਮੇਸ਼ਾ ਹੀ ਬਹੁਤ ਹੀ ਕੌਨਫੀਡੈਂਸ ਨਾਲ ਲੋਕਾਂ ਨੂੰ ਫੇਸ ਕੀਤਾ ਹੈ, ਅਤੇ ਕਦੀ ਪਰਫੋਰਮੈਂਸ ਦੇ ਦੌਰਾਨ ਇੰਝ ਹੋਇਆ ਹੋਵੇ ਵੀ ਥੋੜ੍ਹੀ ਜਿਹੀ ਨਰਵਸਨੈਸ? ਕਦੀ ਕਦੀ ਕਦੇ ਕਦੇ ਇੱਦਾਂ ਕਦੇ ਹੋਇਆ ਨਹੀਂ, ਕਿਉਂਕਿ ਜਿਹੜੇ ਉਹ ਪਲ ਹੁੰਦੇ ਨੇ ਮੈਂ ਉਹ ਗਵਾਉਣੇ ਨਹੀਂ ਚਾਹੁੰਦਾ। ਬਿਲਕੁਲ ਜੀ, ਮੈਂ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇਕੱਠੇ ਕਰਨਾ ਚਾਹੁੰਦਾ ਜਿਹੜੇ ਉਹ ਪਲ ਨੇ, ਅਤੇ ਉਦੋਂ ਜ਼ਿੰਦਗੀ ਦੇ ਵਿੱਚ ਕੁਛ ਵੀ ਚੱਲ ਰਿਹਾ ਹੋਵੇ, ਚਾਹੇ ਤੁਸੀਂ ਕੁਛ ਵੀ ਸੋਚ ਰਹੇ ਹੋ, ਤੁਹਾਡੇ ਦਿਮਾਗ ਦੇ ਵਿੱਚ ਕੁਛ ਵੀ ਬੋਝ ਹੋਵੇ ਜਾਂ ਕੁਛ ਵੀ ਤੁਹਾਡਾ ਦੁੱਖ ਹੋਵੇ, ਪਰ ਮੈਂ ਚਾਹੁੰਦਾ ਕਿ ਮੈਂ ਜਿਹੜੇ ਉਹ ਜਿਹੜੇ ਮੇਰੇ ਪਲ ਨੇ ਉਹ ਮੇਰੇ ਨਾਲ ਰਹਿਣ, ਅਤੇ ਮੈਂ ਉਹਨਾਂ ਨੂੰ ਰੱਜ ਕੇ ਮਾਣ ਸਕਾਂ, ਉੱਥੇ ਪੂਰਾ ਹੋ ਸਕਾਂ। ਬਹੁਤ ਵਧੀਆ ਜੀ, ਅਤੇ ਜਦੋਂ ਤੁਸੀਂ ਸਟੇਜ ਪਰਫੋਰਮੈਂਸ ਲਈ ਜਾਂਦੇ ਹੋ ਜਾਂ ਕਿਤੇ ਵੀ, ਹੈ ਨਾ, ਪ੍ਰੋਗਰਾਮ ਲਈ ਜਾਂਦੇ ਹੋ, ਕੋਈ ਇਹੋ ਜਿਹਾ ਗੀਤ ਦੀ ਫਰਮਾਇਸ਼ ਜੋ ਆਡੀਅੰਸ ਦੀ ਹੁੰਦੀ ਹੋਏ ਵੀ ਇਹ ਡਿਮਾਂਡ ਹੈ ਇਸ ਸੌਂਗ ਦੀ? ਹਾਂ, ਉਹ ਪਹਿਲਾਂ ਤਾਂ ਜਦੋਂ ਕੋਈ ਜਾਣਦਾ ਨਹੀਂ ਸੀ ਉਦੋਂ ਤਾਂ ਕੁਛ ਹੁੰਦਾ ਹੀ ਨਹੀਂ ਸੀ, ਹੁਣ ਜਦੋਂ ਜਾਣਨ ਲੱਗ ਗਏ ਤਾਂ ਇੱਕ ਮੇਰਾ ਗੀਤ ਸੀ
ਉਹ ਮੈਂ ਬੈਠਾ ਗਾ ਰਿਹਾ ਸੀ ਅਤੇ ਨਾਲ ਮੇਰਾ ਇੱਕ ਮਿੱਤਰ ਹੈ ਉਹ ਬੰਸਰੀ ਵਜਾ ਰਿਹਾ ਸੀ ਅਤੇ ਉਹ ਅਸੀਂ ਜਦੋਂ ਪੁੰਨਿਆ 'ਚ ਚੰਨ ਅੱਗੇ ਹੋਇਆ ਕਰੇਗਾ, ਚੰਨ ਤੱਕਿਆ ਕਰੇਗਾ, ਨਾਲੇ ਰੋਇਆ ਕਰੇਗਾ, ਇਹ ਇਹ ਮੈਨੂੰ ਜ਼ਰੂਰ ਕਿਹਾ ਜਾਂਦਾ ਕਿ ਇਹ ਸੁਣਾਇਆ ਜਾਵੇ। ਅਤੇ ਹੁਣ ਮੇਰਾ ਤਾਂ ਬਹੁਤ ਦਿਲ ਕਰ ਰਿਹਾ ਜੀ ਇਹ ਹੋਰ ਗਾਣਾ ਹੋ ਜਾਵੇ ਤੁਹਾਡੇ ਕੋਲੋਂ। ਫਿਰ ਚਲੋ ਫਿਰ ਇਹੀ ਸੁਣਾ ਦਿੰਦੇ। ਬਿਲਕੁਲ ਜੀ। ਜਦੋਂ ਪੁੰਨਿਆ 'ਚ ਚੰਨ ਅੱਗੇ ਹੋਇਆ ਕਰੇਗਾ, ਚੰਨ ਤੱਕਿਆ ਕਰੇਗਾ, ਨਾਲੇ ਰੋਇਆ ਕਰੇਗਾ, ਹੋ ਕੇ ਸਾਡੇ ਕੋਲੋਂ ਵੱਖ ਹੰਝੂ ਚੋਇਆ ਕਰੇਗਾ, ਚੰਨ ਤੱਕਿਆ ਕਰੇਗਾ, ਨਾਲੇ ਰੋਇਆ ਕਰੇਗਾ, ਅੱਜ ਆਖਦਾ ਏ ਝੂਠਾ ਇਤਵਾਰ ਦੇ ਪਲਾਂ ਨੂੰ, ਕੱਲ ਯਾਦਾਂ ਵਿੱਚੋਂ ਲੱਭੇਗਾ ਪਿਆਰ ਦੇ ਪਲਾਂ ਨੂੰ, ਤੇ ਜਦੋਂ ਯਾਦਾਂ ਦੇ ਸਰਾਣੇ ਜਾ ਖਲੋਇਆ ਕਰੇਗਾ, ਚੰਨ ਤੱਕਿਆ ਕਰੇਗਾ, ਨਾਲੇ ਰੋਇਆ ਕਰੇਗਾ। ਵਾਹ ਜੀ ਵਾਹ, ਬਹੁਤ ਹੀ ਕਮਾਲ ਦੀ ਆਵਾਜ਼ ਹੈ ਤੁਹਾਡੀ। ਅਤੇ ਜਿਵੇਂ ਕਿ ਤੁਸੀਂ ਸੂਫੀ ਗਾਇਕੀ ਦੇ ਨਾਲ ਜੁੜੇ ਹੋਏ ਹੋ, ਹੈ ਨਾ, ਅਤੇ ਲੋਕ ਤੁਹਾਡੇ ਫੈਨਸ ਬਹੁਤ ਜ਼ਿਆਦਾ ਐਕਸਾਈਟਿਡ ਹੈ ਇਹ ਜਾਣਨ ਦੇ ਲਈ ਵੀ ਇਹਦੇ ਇਲਾਵਾ ਤੁਹਾਡੇ ਹੋਰ ਕੀ ਸ਼ੌਂਕ ਨੇ, ਹੋਰ ਕੀ ਕਰਨਾ ਚਾਹੁੰਦੇ ਹੋ, ਪਸੰਦ ਕਰਦੇ ਹੋ ਫਰੀ ਟਾਈਮ ਦੇ ਵਿੱਚ, ਜਾਂ ਹੋਰ ਕੀ ਤੁਹਾਡੇ ਪਰਸਨਲ ਇੰਟਰਸਟ ਨੇ? ਇੱਕ ਤਾਂ ਜਿਸ ਚੀਜ਼ ਪਿੱਛੇ ਪਾਗਲ ਹਾਂ ਮੈਂ, ਉਹ ਹੈਗਾ ਮਿਊਜ਼ਿਕ ਸੁਣਨਾ। ਬਿਲਕੁਲ। ਮੈਨੂੰ ਪੜ੍ਹਨਾ, ਨਵੇਂ ਨਵੇਂ ਚੀਜ਼ਾਂ ਸਿੱਖਣੀਆਂ ਮੈਨੂੰ ਬਹੁਤ ਚੰਗੀਆਂ ਲੱਗਦੀਆਂ, ਨਵੇਂ ਨਵੇਂ ਲੋਕਾਂ ਨੂੰ ਮਿਲਣਾ ਮੈਨੂੰ ਚੰਗਾ ਲੱਗਦਾ, ਉਹਨਾਂ ਤੋਂ ਸਿੱਖਣਾ ਮੈਨੂੰ ਚੰਗਾ ਲੱਗਦਾ। ਜੋ ਥੋੜ੍ਹਾ ਥੋੜ੍ਹਾ ਹਲਕਾ ਹਲਕਾ ਹਜੇ ਮਤਲਬ ਕਿ ਜਿਹਤੋਂ ਥੋੜ੍ਹਾ ਦੂਰੀ ਹੋਈ ਹੋਈ ਆ, ਕਿ ਉਹ ਹੈਗਾ ਇਕੱਲੇ ਬੈਠ ਕੇ ਪੂਰੀ ਕੁਦਰਤ ਜਦੋਂ ਬੋਲ ਰਹੀ ਹੁੰਦੀ ਹੈ ਤਾਂ ਉਹਨੂੰ ਬੈਠ ਕੇ ਸੁਣਨਾ। ਕਿਆ ਬਾਤ ਹੈ। ਜਦੋਂ ਸਾਰੀ ਕੁਦਰਤ ਮਤਲਬ ਕਿ ਉਹ ਆਪਣੀ ਕਲਾਕਾਰੀ ਕਰ ਰਹੀ ਹੁੰਦੀ ਹੈ ਤਾਂ ਉਹਨੂੰ ਬੈਠ ਕੇ ਆਰਾਮ ਦੇ ਨਾਲ ਉਸ ਚੀਜ਼ ਨੂੰ ਆਪਣੇ ਅੰਦਰ ਸੁਣਨਾ। ਕਦੇ ਤੁਸੀਂ ਆ ਨਹੀਂ ਸੋਚਿਆ ਵੀ ਮੇਨ ਸਟ੍ਰੀਮ ਸਿੰਗਰ ਬਣਨਾ ਚਾਹੁੰਦੇ ਹੋਵੋ, ਕੁਛ ਇੱਦਾਂ ਦਾ ਸੋਚਿਆ ਹੋਇਆ ਲਾਈਫ ਦੇ ਵਿੱਚ? ਹਰ ਇਨਸਾਨ, ਹਰ ਬੰਦਾ ਉਹਦੇ ਬਹੁਤ ਵੱਡੇ ਵੱਡੇ ਸੁਪਨੇ ਹੁੰਦੇ ਨੇ, ਪਰ ਹਰ ਤਾਂ ਨਹੀਂ ਉੱਥੇ ਮੰਜ਼ਿਲ ਤੱਕ ਪਹੁੰਚ ਸਕਦਾ। ਤੁਸੀਂ ਆਪਣੇ ਕੰਮ ਪ੍ਰਤੀ ਕਿੰਨੇ ਇਮਾਨਦਾਰ ਹੋ? ਬਿਲਕੁਲ। ਉਹ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਆਪਣੇ ਦਿਲ ਨਾਲ, ਤੁਸੀਂ ਆਪਣੀ ਸੱਚੀ ਲਗਨ ਦੇ ਨਾਲ ਤੁਸੀਂ ਕਿੰਨਾ ਉਸ ਚੀਜ਼ ਨਾਲ ਜੁੜੇ ਹੋਏ ਹੋ। ਤੁਸੀਂ ਉਹ ਜੇ ਤੁਸੀਂ ਉਹਦੇ ਨਾਲ ਸੱਚੀ ਲਗਨ ਨਾਲ ਜੁੜੇ ਹੋਏ ਹੋ ਤੇ ਇੱਕ ਸਹੀ ਦਿਸ਼ਾ ਦੇ ਵਿੱਚ ਜਾ ਰਹੇ ਹੋ ਤੇ ਹੁਣ ਤੁਹਾਨੂੰ ਮਾਲਕ ਨੇ ਆਪਣੇ ਆਪ ਉਹਦਾ ਫਲ ਦੇਣਾ। ਬਿਲਕੁਲ ਬਿਲਕੁਲ। ਤੁਹਾਨੂੰ ਉਹਦੇ ਬਾਰੇ ਸੋਚਣ ਦੀ ਲੋੜ ਹੀ ਨਹੀਂ। ਬਿਲਕੁਲ ਜੀ। ਗੱਲਾਂ ਬਾਤਾਂ ਤਾਂ ਜੀ ਅੱਜ ਬਹੁਤ ਹੋ ਗਈਆਂ, ਤੇ ਹੁਣ ਮੈਂ ਜਾਣਨਾ ਚਾਹੂੰਗੀ ਵੀ ਫਿਊਚਰ ਦੇ ਵਿੱਚ ਤੁਹਾਡੇ ਫੈਨਸ ਹੋਰ ਕਿਹੜੇ ਨਵੇਂ ਪ੍ਰੋਜੈਕਟਸ ਉਹਨਾਂ ਨੂੰ ਦੇਖਣ ਨੂੰ ਮਿਲਣਗੇ? 3-4 ਫਿਲਮਾਂ ਨੇਗੀਆਂ ਜਿਨ੍ਹਾਂ ਦੇ ਵਿੱਚ ਗੀਤ ਆ ਰਹੇ ਨੇ। ਅੱਛਾ ਜੀ। ਔਰ ਇੱਕ ਖਾਸ ਗੀਤ ਮੇਰਾ, ਤੈਨੂੰ ਪਿਆਰ ਕਰਦੇ, ਉਹ ਮੈਨੂੰ ਮੇਰੇ ਮਿੱਤਰ ਪਿਆਰੇ ਨੇ ਦੀਪ ਸਿੱਧੂ ਬਾਈ, ਉਹਨਾਂ ਨੇ ਮੈਂ ਕਿਤੇ ਮੈਂ ਗਾਇਆ ਹੋਇਆ ਸੀਗਾ ਤੇ ਉਹਨਾਂ ਨੇ ਉਹ ਲੈ ਲਿਆ। ਉਹ ਮਤਲਬ ਕਿ ਮੈਂ ਉਹ ਗਾਣੇ ਬਾਰੇ ਮੈਂ ਜਿਹੜਾ ਮੈਂ ਮੇਰਾ ਜਿਹੜਾ ਮੇਰਾ ਦਿਲ ਦਾ ਜਿਹੜਾ ਮੇਰਾ ਗਾਣਾ, ਵੈਸੇ ਸਾਰੇ ਗਾਣੇ ਦਿਲ ਦੇ ਨੇ, ਅਤੇ ਇੱਕ ਉਹ ਕਾਫੀ 3-4 ਫਿਲਮਾਂ ਦੇ ਵਿੱਚ ਗੀਤ ਆ ਰਹੇ ਨੇ ਕਿ ਮਤਲਬ ਮੈਂ ਗਾਏ ਵੀ ਨੇ, ਜਿਹੜੇ ਮੇਰੇ ਗਾਉਣ ਵਾਲੇ ਸੀ ਮੈਂ ਗਾਏ ਵੀ ਨੇ, ਜਿਹੜੇ ਮੇਰੇ ਨਹੀਂ ਸੀਗੇ ਉਹ ਲਿਖੇ ਨੇ, ਮੈਂ ਕੁਛ ਲਿਖੇ ਨੇ। ਦੂਸਰਾ ਇਹ ਕਿ ਸਾਡਾ ਹੀ ਅਗਲਾ ਜਿਹੜਾ ਅਸੀਂ ਸਾਡੀ ਟੀਮ ਹੈ ਜਿਹੜਾ ਪੰਜੀਰੀ ਪ੍ਰੋਡਕਸ਼ਨ, ਰਜੇਸ਼ ਬਾਬਾ ਭਾਅ ਜੀ, ਸੰਜੀਵ ਭਨੋਟ ਭਾਅ ਜੀ, ਔਰ ਜਿਹੜੀ ਸਾਡੀ ਟੀਮ ਦੇ ਪੂਰੇ ਸਾਰੇ ਬੰਦੇ ਨੇਗੇ, ਉਹਨਾਂ ਵੱਲੋਂ ਅਗਲਾ ਜਿਹੜਾ ਗਾਣਾ ਉਹ ਮੈਂ 5 ਜੇਬਾਂ ਭਰ ਲਈਆਂ, ਨੰਗ ਫੇਰ ਬਣਾ, ਮੈਂ ਕੀ ਸਾਰਾ ਰੱਬਾਂ ਭੁੱਲ ਚੁੱਕਿਆ ਮੈਨੂੰ ਯਾਦ ਕਰਾ, ਅਗਲਾ ਗਾਣਾ ਇਹ ਆ ਰਿਹਾ ਉਹਨਾਂ ਵੱਲੋਂ। ਅਤੇ ਤੀਸਰਾ ਇਹ ਹੈ ਕਿ ਗਾਣਾ ਕੈਨੇਡਾ ਵਾਲਿਆਂ ਨੂੰ ਚੰਗਾ ਲੱਗ ਗਿਆ ਸਾਡਾ, ਅਤੇ ਹੁਣ ਕੈਨੇਡਾ ਵਾਲਿਆਂ ਨੇ ਸੱਦਾ ਦਿੱਤਾ ਵੀ ਭਾਈ ਤੂੰ ਉੱਥੇ ਵੀ ਗਾ ਕੇ ਜਾ, ਅਤੇ ਹੁਣ ਸਤੰਬਰ ਦੇ ਵਿੱਚ ਅਸੀਂ ਕੈਨੇਡਾ ਵੀ ਜਾ ਰਹੇ ਹਾਂ ਵਾਸਤੇ। ਚਲੋ ਜੀ, ਤੁਹਾਡੇ ਫੈਨਸ ਤੁਹਾਡੇ ਨਾਲ ਨੇ ਅਤੇ ਉਹ ਵੇਟ ਕਰ ਰਹੇ ਤੁਹਾਡੇ ਅਪਕਮਿੰਗ ਪ੍ਰੋਜੈਕਟਸ ਦੇ ਲਈ। ਅਤੇ ਤੁਸੀਂ ਅੱਜ ਫਸਟ ਲੁੱਕ ਦੇ ਵਿੱਚ ਸਾਡੇ ਨਾਲ ਆਏ, ਇੱਕ ਪੂਰਾ ਸੂਫੀ ਮਾਹੌਲ ਸਾਨੂੰ ਅਸੀਂ ਮੈਂ ਤਾਂ ਪਰਸਨਲੀ ਇੱਥੇ ਲਾਈਵ ਬਹੁਤ ਇੰਜੋਏ ਕੀਤਾ, ਅਤੇ ਮੈਨੂੰ ਪੂਰਾ ਯਕੀਨ ਹੈ ਕਿ ਫੈਨਸ ਨੇ ਵੀ ਘਰ ਬੈਠੇ ਬੈਠੇ ਸਾਰਿਆਂ ਨੇ ਬਹੁਤ ਮਜ਼ਾ ਲਿੱਤਾ ਅੱਜ, ਅਤੇ ਤੁਹਾਡਾ ਇੱਥੇ ਆਉਣ ਲਈ ਬਹੁਤ ਬਹੁਤ ਸ਼ੁਕਰੀਆ ਐਂਡ ਗੁੱਡ ਵਿਸ਼ਿਜ਼ ਜੀ। ਮੇਰੇ ਵੱਲੋਂ ਵੀ ਸਾਰੀ ਜਿਹੜੀ PTC ਦੀ ਟੀਮ ਹੈ ਜਿਹੜੇ ਸਾਰੇ ਇੱਥੇ ਬੈਠੇ ਕੰਮ ਕਰ ਰਹੇ ਨੇ, ਔਰ ਜਿਨ੍ਹਾਂ ਨੇ ਇੱਥੇ ਤੱਕ ਪਹੁੰਚਾਇਆ ਪੰਜੀਰੀ ਪ੍ਰੋਡਕਸ਼ਨ ਦਾ ਔਰ PTC ਪੰਜਾਬੀ ਦਾ, ਔਰ ਤੁਹਾਡਾ ਜਿਹੜੇ ਤੁਸੀਂ ਖੂਬਸੂਰਤ ਅੰਦਾਜ਼ ਦੇ ਨਾਲ, ਖੂਬਸੂਰਤ ਬੋਲਣ ਦੇ ਨਾਲ ਜਿਹੜੀ ਮੇਰੇ ਮਨ ਦੀਆਂ ਗੱਲਾਂ ਸਾਡੇ ਜਿਹੜੇ ਦਰਸ਼ਕਾਂ ਤੱਕ ਪਹੁੰਚਾਈਆਂ, ਆਪ ਦਾ ਵੀ ਧੰਨਵਾਦ, ਸਾਰਿਆਂ ਦਾ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।